ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲ ਚੈਨਲ ਤੇ ਮੈਂ ਸਰਪ੍ਰੀਤ ਸਿੰਘ ਮੈਂ ਪ੍ਰਿੰਸਦੀਪ ਸਿੰਘ ਜੀ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਤੋਂ ਆਪਾਂ ਅਹਿਮਦਾਬਾਦ ਦੀ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਇਸ ਸੀਰੀਜ਼ ਦੇ ਵਿੱਚ ਆਪਾਂ ਇੰਟਰਨੈਸ਼ਨਲ ਕਾਈਟ ਫੈਸਟੀਵਲ ਸਾਲ 2024 ਨੂੰ ਆਪਾਂ ਵਿਜ਼ਿਟ ਕਰਾਂਗੇ ਇਸ ਇੰਟਰਨੈਸ਼ਨਲ ਕਾਈਟ ਫੈਸਟੀਵਲ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਪਤੰਗ ਚੜਾਈ ਜਾਂਦੀ ਹੈ ਆਪਾਂ ਉਸ ਨੂੰ ਵੀ ਦੇਖਾਂਗੇ ਆਪਾਂ ਨੂੰ ਜਿਨ੍ਹਾਂ ਨੇ ਇਨਵਾਈਟ ਕੀਤਾ ਜੀ ਜਮਸ਼ੇਦ ਬਬਲੂ ਜੀ ਨੇ ਜੀ ਉਹ ਆਪਾਂ ਉਹਨਾਂ ਨੂੰ ਵੀ ਮਿਲਾਂਗੇ ਆਪਾਂ ਆਪਣਾ ਇਹ ਸਫ਼ਰ ਜੀ ਅੰਬਾਲੇ ਸਟੇਸ਼ਨ ਤੋਂ ਸ਼ੁਰੂ ਕਰਾਂਗੇ ਜੀ ਰਸਤੇ ਦੇ ਵਿੱਚ ਵੀ ਜੇ ਕੋਈ ਜਗ੍ਹਾ ਦੇਖਣ ਵਾਲੀ ਆਉਂਦੀ ਆ ਜਾਂ ਕੋਈ ਪਲੇਸ ਆਉਂਦੀ ਆ ਆਪਾਂ ਉਹਨੂੰ ਵੀ ਕਵਰ ਕਰਾਂਗੇ ਜੀ ਆਪਾਂ ਅਹਿਮਦਾਬਾਦ ਦੇ ਵਿੱਚ ਜੀ ਜਿਸ ਜਗ੍ਹਾ ਰੁਕਾਂਗੇ ਆਪਾਂ ਉਸ ਜਗ੍ਹਾ ਨੂੰ ਵੀ ਕਵਰ ਕਰਾਂਗੇ ਜੀ ਇਸ ਲਈ ਸਾਡੇ ਨਾਲ ਇਸ ਪੂਰੀ ਸੀਰੀਜ਼ ਦੇ ਵਿੱਚ ਬਣੇ ਰਹੋ ਕੋਈ ਵੀ ਵੀਡੀਓ ਸਕਿਪ ਨਾ ਕਰਿਓ ਜੀ ਹੁਣ ਆਪਾਂ ਮਿਲਾਂਗੇ ਅਹਿਮਦਾਬਾਦ ਵਿੱਚ ਜੀ ਤਦ ਤੱਕ ਲਈ ਜੀ ਬਣੇ ਰਹੋ ਸਾਡੇ ਨਾਲ ਇਹ ਆ ਜੀ ਅੰਬਾਲਾ ਰੇਲਵੇ ਸਟੇਸ਼ਨ ਇਸ ਜਗ੍ਹਾ ਤੋਂ ਟ੍ਰੇਨ ਆਪਣੀ ਸਾਬਰਮਤੀ ਅਹਿਮਦਾਬਾਦ ਨੂੰ ਜੀ ਇਸ ਜਗ੍ਹਾ ਤੋਂ ਟ੍ਰੇਨ ਲੈ ਕੇ ਚੱਲਦੇ ਹਾਂ ਆਪਾਂ ਅੱਗੇ ਅਹਿਮਦਾਬਾਦ ਵੱਲ ਨੂੰ ਜੀ ਸਾਬਰਮਤੀ ਰੇਲਵੇ ਸਟੇਸ਼ਨ ਤੱਕ ਜੀ ਬਣੇ ਰਹੋ ਪੂਰੀ ਵੀਡੀਓ ਦੇਣ ਤੱਕ ਸਾਡੇ ਨਾਲ ਜੀ ਇਹ ਆ ਜੀ ਆਬੂ ਰੋਡ ਸਟੇਸ਼ਨ ਆ ਹੈ ਉਰੇ ਗੱਡੀ ਰੁਕਦੀ ਆ ਉਰੇ ਦੀ ਨਾ ਰਬੜੀ ਬਹੁਤ ਜ਼ਿਆਦਾ ਮਸ਼ਹੂਰ ਆ ਤੁਸੀਂ ਯਕੀਨ ਮੰਨੋ ਇੰਨੀ ਰਬੜੀ ਵਿਕਦੀ ਆ ਉਰੇ 40 ਰੁਪਏ ਦੀ ਰਬੜੀ ਦਿੰਦੇ ਨੇ ਇਹ ਬਹੁਤ ਮਸ਼ਹੂਰ ਰਬੜੀ ਆ ਨਾ ਬੰਦਿਆਂ ਦੀ ਇਹ ਕੌਣ ਸਾ ਜੀ ਆ ਰਬੜੀ ਆ ਜੀ ਜਾਣੀ ਪੂਰੀ ਦੀ ਪੂਰੀ ਟ੍ਰੇਨ ਇਸ ਜਗ੍ਹਾ ਦੇ ਉੱਤੇ ਰਬੜੀ ਖਾਂਦੀ ਆ ਜੀ ਇੰਨੀ ਇਹਨਾਂ ਦੀ ਫੇਮਸ ਰਬੜੀ ਆ ਇਸ ਆਬੂ ਰੋਡ ਦੀ ਬਹੁਤ ਵਿਕਦੀ ਆ ਰਬੜੀ ਆਪੂ ਰੋਡ ਤੋਂ ਚੱਲ ਕੇ ਗੱਡੀ ਪਹੁੰਚ ਚੁੱਕੀ ਆ ਪਾਲਨਪੁਰ ਜੀ ਇਸ ਜਗ੍ਹਾ ਰੁਕੀ ਆ 2 ਮਿੰਟ ਲਈ ਗੱਡੀ ਹੁਣ ਦੇਖ ਸਕਦੇ ਹੋ ਪਾਲਨਪੁਰ ਦਾ ਰੇਲਵੇ ਸਟੇਸ਼ਨ ਤੁਸੀਂ ਜੀ ਇਹ ਆ ਜੀ ਸਟੇਸ਼ਨ ਕਲੋਲ ਤੁਸੀਂ ਦੇਖ ਸਕਦੇ ਹੋ ਜਿਹੜੀ ਰਸ਼ ਨਹੀਂ ਹੈਗਾ ਬਿਲਕੁਲ ਵੀ ਇਸ ਸਟੇਸ਼ਨ ਦੇ ਉੱਤੇ ਸ਼ਾਂਤ ਜਿਹਾ ਸਟੇਸ਼ਨ ਆ ਕਲੋਲ ਇਹ ਦੇਖ ਸਕਦੇ ਹੋ ਤੁਸੀਂ ਨਾ ਇਸ ਏਰੀਏ ਦੇ ਵਿੱਚ ਰਿੰਡ ਬਹੁਤ ਜ਼ਿਆਦਾ ਬੀਜਿਆ ਹੋਇਆ ਆ ਜਾਣੀ ਬਹੁਤ ਜ਼ਿਆਦਾ ਖੇਤੀ ਇਸ ਜਗ੍ਹਾ ਇਸ ਏਰੀਏ ਦੇ ਵਿੱਚ ਰਿੰਡ ਦੀ ਹੁੰਦੀ ਆ ਜੀ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਵੀ ਰਿੰਡ ਦੇ ਬਹੁਤ ਵੱਡੇ ਵੱਡੇ ਜਿਹੜੀ ਖੇਤ ਆਉਂਦੇ ਨੇ ਇਹ ਟ੍ਰੇਨ ਰੁਕਿਆ ਖੁਡਿਆਰ ਜੀ ਇਸ ਤੋਂ ਅੱਗੇ ਆਉਂਦਾ ਸਾਬਰਮਤੀ ਬੀਜੀ ਅਤੇ ਉਹ ਤੋਂ ਬਾਅਦ ਆਉਂਦਾ ਅਹਿਮਦਾਬਾਦ ਸਟੇਸ਼ਨ ਜਾਣੀ ਲਾਈਨ ਦੇ ਉੱਤੇ ਕੰਮ ਚੱਲ ਰਿਹਾ ਆ ਇਸ ਲਈ ਨਾ ਸਟੇਸ਼ਨ ਤੋਂ ਅੱਗੇ ਤੋਂ ਗੱਡੀਆਂ ਜਾ ਨਹੀਂ ਰਹੀਆਂ ਇਸੇ ਜਗ੍ਹਾ ਉਤਰਨਾ ਪੈ ਰਿਹਾ ਆ ਇਸ ਜਗ੍ਹਾ ਤੋਂ ਲੈਂਦੇ ਆਪਾਂ ਆਟੋ ਉਹ ਖੜ੍ਹੇ ਨੇ ਸਾਹਮਣੇ ਜੀ
ਆਟੋ ਲੈ ਕੇ ਫਿਰ ਆਪਾਂ ਚੱਲਦੇ ਅੱਗੇ ਅਹਿਮਦਾਬਾਦ ਨੂੰ ਜੀ। ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਜੀ। ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਸਾਡਾ ਹੌਸਲਾ ਵਧਾਇਆ ਕਰੋ ਜੀ। ਇਸ ਸਟੇਸ਼ਨ ਤੋਂ ਜੀ ਆਪਾਂ ਲਵਾਂਗੇ ਲਾਲ ਦਰਵਾਜ਼ੇ ਲਈ ਬੱਸ ਜੀ, ਅਤੇ ਉਸ ਜਗ੍ਹਾ ਲਵਾਂਗੇ ਆਪਾਂ ਰੂਮ। ਆਹ ਲਿਖਿਆ ਹੈ, ਤੁਸੀਂ ਪੜ੍ਹ ਸਕਦੇ ਹੋ, 63/1 ਲਾਲ ਦਰਵਾਜ਼ਾ। ਅਤੇ ਰੂਮ ਲੈ ਕੇ ਫਿਰ ਆਪਾਂ ਕਹਾਂ ਨੂੰ ਚੱਲਾਂਗੇ ਜੀ। ਬਣੇ ਰਹੋ ਸਾਡੇ ਨਾਲ ਜੀ। ਇਹ ਹੈ ਜੀ ਪੁਰਾਣੇ ਕੱਪੜੇ ਦੀ ਮਾਰਕੀਟ, ਦੇਖ ਸਕਦੇ ਹੋ ਤੁਸੀਂ, ਪੁਰਾਣੇ ਕੱਪੜੇ ਦੀ ਮਾਰਕੀਟ ਆ ਇਹ। ਜਿਹੜੀ ਆਪਾਂ ਸ਼ੋਪਸ ਦੇਖ ਰਹੇ ਹਾਂ ਇਹ ਕਾਈਟ ਅਤੇ ਡੋਰ ਲਈ ਬਹੁਤ ਹੀ ਜ਼ਿਆਦਾ ਫੇਮਸ ਸ਼ੋਪਸ ਨੇ। ਇਹਨਾਂ ਤੋਂ ਆਪਾਂ ਜੈਨੂਇਨ ਰੇਟ 'ਤੇ ਪਤੰਗ ਅਤੇ ਡੋਰਾਂ ਨੂੰ ਖਰੀਦ ਸਕਦੇ ਹਾਂ। ਜੇਕਰ ਤੁਸੀਂ ਵੀ ਕਦੇ ਅਹਿਮਦਾਬਾਦ ਵਿੱਚ ਆਓ ਤਾਂ ਇਹਨਾਂ ਤੋਂ ਤੁਸੀਂ ਤਰਜੀਹ ਦੇ ਸਕਦੇ ਹੋ। ਅਹਿਮਦਾਬਾਦ ਦੇ ਲੋਕਲ ਲੋਕ ਵੀ ਇਹਨਾਂ ਤੋਂ ਹੀ ਪਤੰਗ ਅਤੇ ਡੋਰਾ ਖਰੀਦਦੇ ਹਨ ਜੀ। ਉਹ ਆ ਸਾਹਮਣੇ ਮਸਜਿਦ ਜੀ, ਤੁਸੀਂ ਦੇਖ ਸਕਦੇ ਹੋ ਆਪਾਂ ਪਿਛਲੀ ਵੀਡੀਓ ਜਦੋਂ ਪਾਈ ਆ ਉਹਦੇ ਵਿੱਚ ਆਪਾਂ ਪਾਇਆ ਸੀਗਾ। ਇਸ ਮਸਜਿਦ ਦੀ ਵਿੱਚ ਜਿਹੜੀਆਂ ਜਾਲੀਆਂ ਲੱਗੀਆਂ ਹੋਈਆਂ ਨੇ, ਇਕਲੌਤੀਆਂ ਜਾਲੀਆਂ ਨੇ ਇਹ, ਤੁਸੀਂ ਸਾਡੇ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ, ਵੀਡੀਓ ਆਪਾਂ ਪਾਈਆਂ ਹੋਈਆਂ ਨੇ। ਅਤੇ ਇਸ ਜਗ੍ਹਾ ਆਟੋ ਨੇ ਆ ਕੇ ਤਾਰਿਆ ਮੈਨੂੰ ਜੀ। ਆਇਆ ਹੋਟਲ ਰਿਲੈਕਸ ਡੋਰਮੈਟਰੀ ਜੀ, ਇਹਦੇ ਵਿੱਚ ਰੂਮ ਲਿਆ ਆਪਾਂ, ਜਿਹੜੀ ਡੋਰਮੈਟਰੀ ਲਈ ਆ 350 ਰੁਪਈਆ ਇੱਕ ਜਣੇ ਦਾ ਲੈਂਦੇ ਨੇ, ਇੱਕ ਬੈੱਡ ਦਾ ਜੀ। ਇਹ ਇਸ ਜਗ੍ਹਾ ਬਣੀ ਹੋਈ ਆ ਡੋਰਮੈਟਰੀ ਜੀ ਇਹ। ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਡੋਰਮੈਟਰੀ ਬਣੀ ਹੋਈ ਆ ਜੀ, ਫਸਟ ਫਲੋਰ ਦੇ ਉੱਤੇ ਆ। ਜੇਕਰ ਤੁਸੀਂ ਪੌੜੀਆਂ ਚੜ੍ਹਨੀਆਂ ਨੇ ਤਾਂ ਇਸ ਜਗ੍ਹਾ ਤੋਂ ਪੌੜੀਆਂ ਚੜ੍ਹ ਸਕਦੇ ਹੋ, ਜੇ ਲਿਫਟ ਰਾਹੀਂ ਜਾਣਾ ਤਾਂ ਇਸ ਜਗ੍ਹਾ ਤੋਂ ਲਿਫਟ ਰਾਹੀਂ ਜਾ ਸਕਦੇ ਹੋ। ਇਹ ਲੱਗੀ ਹੋਈ ਆ ਲਿਫਟ ਜੀ, ਉੱਪਰ ਆ ਡੋਰਮੈਟਰੀ ਜੀ। ਹਾਂ ਆ ਹੋਟਲ ਰਿਲੈਕਸ ਜੀ, ਅਤੇ ਡੋਰਮੈਟਰੀ ਵੀ ਇਹਦੇ ਵਿੱਚ ਜੀ। ਆ ਜੋ ਤੁਹਾਨੂੰ ਦਿਖਾਉਂਦੇ ਹਾਂ ਰਿਸੈਪਸ਼ਨ ਅਤੇ ਡੋਰਮੈਟਰੀ ਜੀ। ਹਾਂ ਆ ਜੀ ਰਿਸੈਪਸ਼ਨ ਹੋਟਲ ਰਿਲੈਕਸ ਦੀ, ਉਹ ਪੜ੍ਹ ਸਕਦੇ ਹੋ ਤੁਸੀਂ। ਲੋਅਰ ਬੈੱਡ 400 ਰੁਪਏ, ਅੱਪਰ ਬੈੱਡ 370 ਰੁਪਈਏ, ਅਤੇ ਰੂਮ 1500 ਰੁਪਏ ਲਿਖਿਆ ਹੈ। ਜਾਣੀ ਸੀਜ਼ਨ ਦੇ ਹਿਸਾਬ ਨਾਲ ਰੇਟ ਆ, ਕਈ ਵਾਰ 1000 ਹੋ ਜਾਂਦਾ, ਕਈ ਵਾਰ 2000 ਵੀ ਹੋ ਜਾਂਦਾ ਆ, ਸੀਜ਼ਨ ਦੇ ਹਿਸਾਬ ਨਾਲ ਰੇਟ ਲਿਖੇ ਹੋਏ ਨੇ। ਜਦੋਂ ਤੁਸੀਂ ਇਸ ਜਗ੍ਹਾ ਦੇ ਉੱਤੇ ਆਉਂਦੇ ਹੋ ਤਾਂ ਇਹ ਘੱਟ ਵੱਧ ਬੰਦੇ ਕਰ ਲੈਂਦੇ ਨੇ ਜੀ। ਕਦੇ ਵੀ ਤੁਸੀਂ ਅਹਿਮਦਾਬਾਦ ਸ਼ਹਿਰ ਦੇ ਵਿੱਚ ਆਵੋ ਤਾਂ ਇਸ ਡੋਰਮੈਟਰੀ ਨੂੰ, ਹੋਟਲ ਰਿਲੈਕਸ ਨੂੰ ਜ਼ਰੂਰ ਤਰਜੀਹ ਦਿਓ ਜੀ, ਬੰਦੇ ਬਹੁਤ ਵਧੀਆ ਨੇ। ਮੈਂ ਆਪਣੀ ਲਾਈਫ ਦੇ ਵਿੱਚ ਜੀ ਪਹਿਲੀ ਵਾਰ ਡੋਰਮੈਟਰੀ ਦੇ ਵਿੱਚ ਰੁਕਿਆ ਹਾਂ, ਅਤੇ ਜਾਣੀ ਬਹੁਤ ਵਧੀਆ ਲੱਗਿਆ ਰਾਤ ਮੈਨੂੰ, ਜਾਣੀ ਵਧੀਆ ਨੀਂਦ ਆਈ ਹੈ, ਜਾਣੀ ਕੋਈ ਪ੍ਰੋਬਲਮ ਕੋਈ ਦਿੱਕਤ ਨਹੀਂ ਆਈ ਹੈਗੀ। ਅਤੇ ਆਹ ਹੈ ਸਾਹਮਣੇ ਡੋਰਮੈਟਰੀ ਜੀ, ਆਹ ਇਹਨਾਂ ਦੇ ਰੂਲ ਨੇ ਜੀ। ਅੰਦਰ ਨਾ ਆਪਾਂ ਬੋਲ ਨਹੀਂ ਸਕਦੇ ਹੈਗੇ, ਪਰ ਤੁਹਾਨੂੰ ਮੈਂ ਅੰਦਰੋਂ ਰੂਮ ਦਿਖਾ ਦਿੰਦਾ ਹਾਂ, ਚੈੱਕ ਕਰ ਲਿਓ ਤੁਸੀਂ ਜੀ। ਆਹ ਨੇ ਜੀ ਰੂਮ, ਇਹ ਆ ਡੋਰਮੈਟਰੀ ਜੀ, ਤੁਸੀਂ ਦੇਖ ਸਕਦੇ ਹੋ ਇਹ ਬਣੇ ਹੋਏ ਨੇ। ਆਹ ਆ ਆਪਣੇ ਵਾਲੀ ਜੀ, ਇਹ ਏਸੀ ਡੋਰਮੈਟਰੀ ਆ, ਇਹ ਆਪਣੇ ਵਾਲੀ ਜੀ। ਆਹ ਬੈੱਡ ਆਪਣਾ, ਇਹ ਆਪਣਾ ਇਹ ਵਾਲਾ। ਚੌਵੀ ਨੰਬਰ ਆਪਣਾ, 24 ਨੰਬਰ ਡੋਰਮੈਟਰੀ ਆਪਾਂ ਦੇਖ ਲਿਆ ਜੀ। ਹੁਣ ਆਪਾਂ ਇੱਕ ਨਾ ਤੁਹਾਨੂੰ ਰੂਮ ਦਿਖਾਉਂਦੇ ਹਾਂ, ਰੂਮ ਵੀ ਚੈੱਕ ਕਰ ਲਿਓ ਤੁਸੀਂ ਜੀ।
ਜਿਹੜੇ ਨਾ ਡੋਰਮੈਟਰੀ ਦੇ ਵਾਸ਼ਰੂਮ ਨੇ ਜੀ ਉਹ ਇਸ ਸਾਈਡ ਨੇ ਜੀ, ਇਸ ਸਾਈਡ ਨੇ ਬਾਥਰੂਮ ਜੀ, ਅਤੇ ਇਹ ਸਾਈਡ ਆ ਟੋਇਲਟ ਜੀ। ਜਾਣੀ ਵਾਸ਼ਰੂਮ ਵੀ ਇੱਕਦਮ ਕਲੀਨ ਨੇ, ਬਿਲਕੁਲ ਸਾਫ਼ ਨੇ ਜੀ ਵਾਸ਼ਰੂਮ ਬਣੇ ਹੋਏ, ਤੁਸੀਂ ਦੇਖ ਸਕਦੇ ਹੋ। ਚੱਪਲਾਂ ਇਹ ਇਹਨਾਂ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ, ਇਹ ਚੱਪਲਾਂ ਪਾ ਕੇ ਬਾਥਰੂਮ ਦੇ ਵਿੱਚ ਜਾਣਾ ਹੁੰਦਾ ਹੈ ਜੀ। ਇਹ ਵਾਸ਼ਰੂਮ ਬਣੇ ਜਾਣੀ ਬਿਲਕੁਲ ਸਾਫ਼ ਆ ਜੀ, ਕਲੀਨ ਆ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਆਪਣੇ ਦੇ ਉੱਤੇ ਜੀ, ਬਿਲਕੁਲ ਸਾਫ਼ ਨੇ। ਤੁਹਾਨੂੰ ਦਿਖਾ ਵੀ ਦਿੰਦੇ ਲਓ, ਬਿਲਕੁਲ ਕਲੀਨ ਨੇ, ਸਾਫ਼ ਨੇ ਜੀ, ਦੇਖ ਸਕਦੇ ਹੋ, ਦੇਖੋ ਤੁਸੀਂ ਬਿਲਕੁਲ ਕਲੀਨ ਨੇ ਜੀ। ਜਾਣੀ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਜੀ, ਤੁਸੀਂ ਬਾਲਟੀਆਂ ਦੇਖ ਸਕਦੇ ਹੋ। ਜਾਣੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਇਹ ਬੰਦੇ ਪੋਚਾ ਲਾਉਂਦੇ ਰਹਿੰਦੇ ਨੇ ਜੀ। ਆ ਜਾਓ, ਤੁਹਾਨੂੰ ਹੁਣ ਨਾ ਰੂਮ ਦਿਖਾਉਂਦੇ ਹਾਂ ਜੀ। ਇਹ ਆ ਜੀ ਰੂਮ, ਅਟੈਚ ਲੈਟਰਿੰਗ ਬਾਥਰੂਮ ਇਹਦੇ ਨਾਲ ਅਟੈਚ ਆ ਜੀ, ਤੁਸੀਂ ਦੇਖ ਸਕਦੇ ਹੋ। ਰੂਮ ਬਹੁਤ ਸੋਹਣਾ ਰੂਮ ਆ, ਬੈੱਡ ਆ ਦੇਖੋ ਲੱਗਿਆ ਹੋਇਆ ਵਧੀਆ, ਜਾਣੀ ਤਿੰਨ ਬੰਦੇ ਐਡਜਸਟ ਕਰ ਸਕਦੇ ਨੇ ਜੇ ਨਾਲ ਤੁਹਾਡੇ ਬੱਚਾ ਆ। ਇਹ ਕਵਰ ਦਿੱਤਾ ਹੋਇਆ ਆ ਆਪਣਾ ਸਮਾਨ ਵਗੈਰਾ ਰੱਖਣਾ ਹੋਵੇ ਆਪਾਂ, ਅਤੇ ਆਹ ਸੈਟੀਆਂ ਦਿੱਤੀਆਂ ਹੋਈਆਂ ਨੇ ਦੋਨੇ ਪਾਸੇ, ਅਤੇ ਆਹ ਗਲਾਸ ਦਿੱਤਾ ਹੋਇਆ, ਮੀਰਰ ਦਿੱਤਾ ਹੋਇਆ ਆ ਤਿਆਰ ਹੋਣ ਵਾਸਤੇ ਜੀ, ਅਤੇ ਆਹ LCD ਲੱਗੀ ਹੋਈ ਆ, ਟੀ ਵੀ ਵਗੈਰਾ ਦੇਖਣਾ ਆ ਆਪਾਂ ਤਾਂ ਇਸ ਜਗ੍ਹਾ TV ਦੇਖ ਸਕਦੇ ਹਾਂ। AC ਰੂਮ ਆ ਜੀ, ਇਹ AC ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ, ਅਤੇ ਇਹ ਨੇ ਵਾਸ਼ਰੂਮ ਜੀ, ਗੀਜ਼ਰ ਲੱਗਿਆ ਹੋਇਆ ਆ, ਗਰਮ ਪਾਣੀ ਦੀ ਸੁਵਿਧਾ ਹੈ ਜੀ। ਇਹ ਵਾਸ਼ਰੂਮ ਆ ਜੀ, ਇਹ ਤੁਸੀਂ ਦੇਖ ਸਕਦੇ ਹੋ। 103 ਨੰਬਰ ਆ ਜੀ ਇਹ ਰੂਮ। ਦੁਬਾਰਾ ਤੋਂ ਫਿਰ ਉਹੀ ਗੱਲ ਜੀ, ਜੇ ਤੁਸੀਂ ਕਦੇ ਵੀ ਅਹਿਮਦਾਬਾਦ ਸ਼ਹਿਰ ਦੇ ਵਿੱਚ ਆਵੋ ਤਾਂ ਇਸ ਹੋਟਲ ਰਿਲੈਕਸ ਨੂੰ ਜੀ ਜ਼ਰੂਰ ਤਰਜੀਹ ਦਿਓ ਜੀ। ਬਹੁਤ ਨਾਈਸ ਬੰਦੇ ਨੇ ਜੀ, ਸਾਡੇ ਨਾਲ ਬਹੁਤ ਵਧੀਆ ਵਿਚਰੇ ਨੇ ਬੰਦੇ ਇਹ, ਤੁਸੀਂ ਵੀ ਕਦੇ ਮੌਕਾ ਮਿਲਿਆ ਤਾਂ ਇਹਨਾਂ ਕੋਲ ਜ਼ਰੂਰ ਆਇਓ ਜੀ। ਇਹ ਆ ਹੋਟਲ ਰਿਲੈਕਸ ਜੀ। ਮੈਂ ਹੁਣ ਨਿਕਲਿਆ ਰੂਮ ਦੇ ਵਿੱਚੋਂ ਰੈਡੀ ਹੋ ਕੇ, ਥੋੜ੍ਹਾ ਜਿਹਾ ਜੀ ਤਿਆਰ ਹੋ ਕੇ ਨਿਕਲੇ ਹਾਂ, ਲੇਟ ਹੋ ਗਏ ਪਹੁੰਚਦੇ ਪਹੁੰਚਦੇ, ਅਤੇ ਹੁਣ ਆਪਾਂ ਦੇਖਦੇ ਹਾਂ ਉਹਨੇ ਨਾ ਲੱਕੀ ਟੀ ਸਟਾਲ ਵਾਲਾ ਇੱਕ ਬਹੁਤ ਕਹਿੰਦੇ ਚਾਹ ਅਤੇ ਉਹਦਾ ਮਸਕਾ, ਬ੍ਰੈਡ ਮਸਕਾ ਬਹੁਤ ਮਸ਼ਹੂਰ ਆ। ਆ ਜਾਓ ਆਪਾਂ ਖਾਂਦੇ ਹਾਂ ਉਸਨੂੰ, ਟੇਸਟ ਕਰਦੇ ਹਾਂ ਉਹਦਾ ਜੀ ਕਿੱਦਾਂ ਦਾ ਬਣਾਉਂਦਾ ਬੰਦਾ ਇਹ। ਹੁਣ ਆਪਾਂ ਪਹੁੰਚੇ ਹਾਂ ਜੀ ਲੱਕੀ ਰੈਸਟੋਰੈਂਟ, ਲੱਕੀ ਟੀ ਸਟਾਲ, ਜਿਸ ਦੀ ਲੋਕੇਸ਼ਨ ਹੈ ਲਾਲ ਦਰਵਾਜ਼ਾ। ਇਹ ਲਾਲ ਦਰਵਾਜ਼ੇ ਦੇ ਨੇੜੇ ਹੈ। ਇੱਥੇ ਦਾ ਚਾਹ ਅਤੇ ਬਨ ਮਸਕਾ ਬਹੁਤ ਹੀ ਮਜ਼ਾ ਮਸ਼ਹੂਰ ਹੈ। ਆਓ ਆਪਾਂ ਵੀ ਟਰਾਈ ਕਰਦੇ ਹਾਂ ਲੱਕੀ ਟੀ ਸਟਾਲ ਦੀ ਚਾਹ ਅਤੇ ਬਨ ਮਸਕਾ। ਆਓ ਚਲੀਏ ਜੀ। ਇੱਕ ਗੱਲ ਪੱਕੀ ਹੈ ਜੀ, ਬਾਕੀ ਆਨੰਦ ਆ ਗਿਆ, ਬਹੁਤ ਵਧੀਆ ਬਣਾਉਂਦੇ ਨੇ ਇਹ ਬੰਦੇ ਚਾਏ ਅਤੇ ਬੰਦ ਮਸਕਾ ਜੀ। ਚਾਵ ਰੋਟੀ ਨੂੰ ਜੈਮ ਅਤੇ ਮੱਖਣ ਲਾਉਂਦੇ ਨੇ। ਜਿਹੜੀ ਨਾ ਤੁਸੀਂ ਆਹ ਮੋਟਰਸਾਈਕਲ ਦੇ ਮੂਹਰੇ ਤਾਰ ਲੱਗੀ ਦੇਖ ਰਹੇ ਹੋ, ਇਹ ਲਗਭਗ ਅਹਿਮਦਾਬਾਦ ਦੇ ਵਿੱਚ ਨਾ ਹਰ ਇੱਕ ਮੋਟਰਸਾਈਕਲ ਦੇ ਮੂਹਰੇ ਲੱਗੀ ਹੁੰਦੀ ਆ। ਇਹ ਤਾਂ ਲਾਈ ਹੋਈ ਆ ਵੀ ਜਿਹੜਾ ਪਤੰਗ ਚੜਾਉਂਦੇ ਹਾਂ ਆਪਾਂ, ਉਹਦੇ ਨਾਲ ਗਲਾ ਗੁਲਾ ਨਾ ਕੱਟਿਆ ਜਾਵੇ, ਕੋਈ ਨੁਕਸਾਨ ਨਾ ਹੋ ਜਾਵੇ, ਉਸ ਲਈ ਇਹ ਤਾਰ ਲਾਈ ਜਾਂਦੀ ਆ। ਤੁਸੀਂ ਦੇਖ ਸਕਦੇ ਹੋ ਲਗਭਗ ਜ਼ਿਆਦਾਤਰ ਵਹੀਕਲਾਂ ਦੇ ਉੱਤੇ ਇਹ ਤਾਰ ਲਾਈ ਹੁੰਦੀ ਆ ਅਹਿਮਦਾਬਾਦ ਦੇ ਵਿੱਚ ਜੀ, ਜਿਹੜੀ ਬਚਾਅ ਕੀਤਾ ਜਾਂਦਾ ਬੰਦੇ ਵੱਲੋਂ ਆਪਣੇ ਆਪ ਦਾ। ਇਹ ਜਿਹੜੀ ਸਾਹਮਣੇ ਤੁਸੀਂ ਜਗ੍ਹਾ ਦੇਖ ਰਹੇ ਹੋ ਨਾ ਜੀ, ਇਸ ਜਗ੍ਹਾ ਦੇ ਉੱਤੇ ਹੋਣਾ, ਕੱਲ੍ਹ ਨੂੰ ਉਤਰਾਇਣ ਕਹਿੰਦੇ ਨੇ ਗੁਜਰਾਤੀ ਭਾਸ਼ਾ ਦੇ ਵਿੱਚ, ਕਾਈਟ ਫੈਸਟੀਵਲ, ਪਤੰਗਬਾਜ਼ੀ ਦੁਨੀਆ ਦੀ ਸਾਰਿਆਂ ਨਾਲੋਂ ਵੱਡੀ ਜੀ ਇਸ ਜਗ੍ਹਾ ਦੇ ਉੱਤੇ ਹੁੰਦੀ ਆ ਜੀ।
ਦੂਰੋਂ ਦੂਰੋਂ ਲੋਕ ਵਿਦੇਸ਼ਾਂ ਤੋਂ ਵੀ ਇਸ ਜਗ੍ਹਾ ਦੇ ਉੱਤੇ ਆਉਂਦੇ ਨੇ। ਪਿਛਲੇ ਸਾਲ ਵੀ ਤਕਰੀਬਨ ਜੀ 55 ਤੋਂ 60 ਵਿਦੇਸ਼ੀ ਬਾਹਰਲੇ ਮੁਲਕ ਬਾਹਰਲੀਆਂ ਕੰਟਰੀਆਂ ਇਸ ਜਗ੍ਹਾ ਦੇ ਉੱਤੇ ਪਤੰਗਬਾਜ਼ੀ ਕਰਨ ਆਈਆਂ ਹੋਈਆਂ ਸੀ ਜੀ। ਕੱਲ੍ਹ ਨੂੰ ਵੀ ਆਪਾਂ ਦੇਖਾਂਗੇ ਕੱਲ੍ਹ ਨੂੰ ਜੀ ਕਿੰਨੇ ਦੇਸ਼ ਇਸ ਦੇ ਵਿੱਚ ਆਉਂਦੇ ਨੇ, ਇਸ ਪਤੰਗਬਾਜ਼ੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਜੀ। ਇਹ ਹੈ ਜੀ ਰਿਵਰ ਫਰੰਟ ਅਹਿਮਦਾਬਾਦ ਸ਼ਹਿਰ ਦੀ ਸ਼ਾਨ ਜੀ। ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਿਆਰੀਆਂ ਹੋ ਰਹੀਆਂ ਨੇ ਜੀ, ਰਾਤ ਨੂੰ ਜਿਹੜੀ ਲਾਈਟਿੰਗ ਕਰਨੀ ਹੈ। ਇਸ ਜਗ੍ਹਾ ਦੇ ਉੱਤੇ ਬੰਦੇ ਲੱਗੇ ਹੋਏ ਨੇ। ਸ਼ਾਮ ਦੇ ਤਕਰੀਬਨ ਜੀ 6 ਵਜੇ ਹੋਏ ਨੇ, 6:03 ਹੋਏ ਹੋਏ ਨੇ, ਪਰ ਪੂਰਾ ਚਾਨਣਾ ਤੁਸੀਂ ਦੇਖ ਸਕਦੇ ਹੋ। ਉਹ ਸਾਹਮਣੇ ਬੋਟਿੰਗ ਹੁੰਦੀ ਆ, ਤੁਸੀਂ ਨਾ ਸਾਡੀ ਪਿਛਲੀ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ, ਆਪਾਂ ਪੂਰੀ ਵੀਡੀਓ ਇਸ ਰਿਵਰ ਫਰੰਟ ਦੀ ਪਾਈ ਹੋਈ ਆ ਜੀ ਚੈਨਲ ਦੇ ਉੱਤੇ, ਤੁਸੀਂ ਦੇਖ ਸਕਦੇ ਹੋ। ਉਹ ਸਾਹਮਣੇ ਤੋਂ ਬੋਟਿੰਗ ਹੁੰਦੀ ਆ ਜੀ, ਬਹੁਤ ਸੋਹਣਾ ਇਹ ਬਣਾਇਆ ਹੋਇਆ ਰਿਵਰ ਫਰੰਟ ਆ ਜੀ। ਸਾਡੇ ਚੈਨਲ 'ਤੇ ਜਾ ਕੇ ਪੂਰੀ ਵੀਡੀਓ ਤੁਸੀਂ ਦੇਖ ਸਕਦੇ ਹੋ ਜੀ ਇਸ ਰਿਵਰ ਫਰੰਟ ਦੀ। ਇਸ ਵੀਡੀਓ ਨੂੰ ਇੱਥੇ ਕਰਦੇ ਹਾਂ ਸਮਾਪਤ ਜੀ। ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਇੰਟਰਨੈਸ਼ਨਲ ਕਾਈਟ ਫੈਸਟੀਵਲ 2024 ਅਹਿਮਦਾਬਾਦ ਵਿੱਚ ਜੋ ਹੋ ਰਿਹਾ ਉਸਨੂੰ ਐਕਸਪਲੋਰ ਕਰਾਂਗੇ, ਜਿਹੜੀ ਉਹਦੀ ਤਿਆਰੀਆਂ ਹੋ ਰਹੀਆਂ ਨੇ ਉਹਨਾਂ ਨੂੰ ਦੇਖਾਂਗੇ, ਜਿਨ੍ਹਾਂ ਨੇ ਆਪਾਂ ਨੂੰ ਇਸ ਕਾਈਟ ਫੈਸਟੀਵਲ ਵਿੱਚ ਇਨਵਾਈਟ ਕੀਤਾ ਉਹਨਾਂ ਨੂੰ ਵੀ ਆਪਾਂ ਮਿਲਾਂਗੇ। ਦੁਨੀਆ ਦੀ ਸਭ ਤੋਂ ਵੱਡੀ ਪਤੰਗ ਨੂੰ ਆਪਾਂ ਦੇਖਾਂਗੇ। ਅਗਰ ਤੁਸੀਂ ਅਹਿਮਦਾਬਾਦ ਦੀਆਂ ਟੂਰਿਸਟ ਪਲੇਸਿਸ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੀ ਪੂਰੀ ਪਲੇਲਿਸਟ ਸਾਡੇ ਚੈਨਲ 'ਤੇ ਪਈ ਹੈ, ਤੁਸੀਂ ਉਹਨੂੰ ਜਾ ਕੇ ਦੇਖ ਸਕਦੇ ਹੋ ਜੀ। ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਨਵੀਂ ਕੰਟੈਂਟ ਦੇ ਨਾਲ। ਤਦ ਤੱਕ ਲਈ ਜੀ ਬਾਏ। Thank you.